ਕਿਸਾਨ ਵੀਰੋ ਸਾਈਡਾਂ ਤੇ ਮੱਕੀਆਂ ਦੇ ਘੇਰੇ ਵੱਢਣ ਲਈ ਇਹ ਕਟਰ ਆ ਇੱਥੇ ਲੱਗਦਾ ਜੀ ਬੈਗ ਜਿਹੜਾ ਇਹ ਬੈਗ ਆ ਬਾਈ ਜੀ ਆਹ ਵਾਲਾ ਇਹ ਇੱਕ ਓੜਾ ਹੀ ਜਾਂਦੀ ਆ ਸਹੀ ਕੁਤਰਾ ਅਚਾਰ ਬਾਈ ਜੀ ਇਸੇ ਦਾ ਬੰਦਾ ਠੀਕ ਹੈ ਵੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਾਹਿਬ ਸੰਧੂ ਅੱਜ ਆਪਾਂ ਖੜੇ ਆ ਪਿੰਡ ਜਨੇਰੀਆਂ ਜ਼ਿਲ੍ਹਾ ਫਰੀਦਕੋਟ ਇੱਥੇ ਬਾਈਆਂ ਨੇ ਸੈਲਜ ਪੈਕ ਕਰਨ ਵਾਲੀ ਮਸ਼ੀਨ ਲਿਆਂਦੀ ਆ ਇਸ ਦੇ ਨਾਲ ਨਾਲ ਬਾਈਆਂ ਕੋਲੇ ਮੱਕੀ ਦਾ ਕੁਤਰਾ ਕਰਨ ਵਾਲੀ ਮਸ਼ੀਨ ਵੀ ਹੈ ਅਤੇ ਸਾਈਡ ਤੋਂ ਜਿਵੇਂ ਲੇਬਰ ਮੱਥੇ ਵੱਢਦੀ ਹੈ ਉਸ ਨੂੰ ਵੱਢਣ ਵਾਸਤੇ ਬਾਈ ਕੋਲੇ ਕਟਰ ਵੀ ਹੈਗਾ ਲੇਬਰ ਦੀ ਸਮੱਸਿਆ ਨਹੀਂ ਆਊਗੀ ਤੁਹਾਨੂੰ ਕੀ ਕਰਦੇ ਆ ਬਾਈ ਨਾਲ ਗੱਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਆਪਣੇ ਬਾਰੇ ਦੱਸੋ ਜੀ ਜੀ ਮੈਂ ਜਗਮੀਤ ਸਿੰਘ ਪਿੰਡ ਜਨੇਰੀਆਂ ਡਿਸਟ੍ਰਿਕਟ ਦੇ ਨੇੜੇ ਆ ਜੀ ਇਹ ਸਾਧ ਕੋਈਪੁਰ ਰੋਡ ਤੇ ਦਾ 4 ਕਿਲੋਮੀਟਰ ਹਾਂਜੀ ਕਿਲੋਮੀਟਰ ਸਾਈਡ ਤੇ ਆ ਜੀ ਤੇ ਫਿਰ ਸਾਧਕ ਤੋਂ ਗੁਰੂ ਘਰ ਸਾਹਿਬ ਰੋਡ ਤੇ ਕਿਲੋਮੀਟਰ ਜਾ ਕੇ 3 ਕਿਲੋਮੀਟਰ ਸਾਈਡ ਤੇ ਦੋਨੇ ਪਾਸੇ 3.5 ਕਿਲੋਮੀਟਰ ਪੈ ਰਿਹਾ ਜੀ 4 ਕਿਲੋਮੀਟਰ ਠੀਕ ਹੈ ਜੀ ਬਾਈ ਮੰਨ ਲਓ ਜਿਵੇਂ ਅੱਜ ਕੱਲ ਟੋਏ ਚ ਚਾਰ ਪਾਉਂਦੇ ਆ ਹਾਂਜੀ ਉਹਦੇ ਨਾਲੋਂ ਇਹ ਚਾਰ ਚ ਜਿਵੇਂ ਆਹ ਚਾਰ ਪੈਕ ਕੀਤਾ ਇਹਦਾ ਕੀ ਬੈਨੀਫਿਟ ਆਪਾਂ ਨੂੰ ਬਾਈ ਜੀ ਸਭ ਤੋਂ ਪਹਿਲੀ ਗੱਲ ਤੇ ਇਹ ਵੀ ਹਰ ਇੱਕ ਬੰਦੇ ਕੋਲੇ ਜਗ੍ਹਾ ਦੀ ਬਹੁਤ ਪ੍ਰੋਬਲਮ ਜਗ੍ਹਾ ਦੀ ਹੈਗੀ ਹਾਂਜੀ ਸਹੀ ਹੈ ਹਰੇਕ ਬੰਦਾ ਟੋਆ ਨਹੀਂ ਪੱਟ ਸਕਦਾ ਹਾਂਜੀ ਜਗ੍ਹਾ ਉਨੀ ਕਾ ਜੀ ਹੈ ਨਾ ਹਾਂਜੀ ਬੰਦੇ ਬਹੁਤ ਚਾਹੁੰਦੇ ਆ ਵੀ ਕੋਈ ਇਹਦਾ ਬਦਲ ਹੁੰਦਾ ਹਾਂਜੀ ਹਾਂਜੀ ਸਹੀ ਹੈ ਟੋਆ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆ ਜੀ ਥੋੜੀ ਥੋੜੀ ਕਈ ਵਾਰੀ ਜਗ੍ਹਾ ਹੁੰਦੀ ਆ ਜਗ੍ਹਾ ਥੋੜੀ ਕਈ ਵਾਰੀ ਕੋਈ ਨੁਕਸਾਨ ਵੀ ਹੋ ਜਾਂਦਾ ਮੰਨ ਲਓ ਕੋਈ ਨੀਵੇਂ ਤਾਂ ਦੇ ਤਾਂ ਪਾਣੀ ਪੈ ਗਿਆ ਤਾਂ ਇਹ ਉਹਦਾ ਬਦਲ ਆ ਜੀ ਠੀਕ ਹੈ ਜੀ ਇਹ ਇਹ ਮਤਲਬ ਕਿ ਬੈਗ ਬੋਲਦੇ ਆ ਜੀ ਇਹਨੂੰ ਆਪਾਂ ਹਨਾ ਹਾਂਜੀ ਹਾਂਜੀ ਇਹ ਬੈਗ 'ਚ ਇਹ ਵਾਲੀ ਮਸ਼ੀਨ ਪੈਕ ਕਰਦੀ ਹੈ ਠੀਕ ਹੈ ਬਈ ਇਹਦੇ ਨਾਲ 4 ਡੇਢ 2 ਸਾਲ ਖਰਾਬ ਨਹੀਂ ਹੁੰਦਾ ਜੀ ਠੀਕ ਹੈ ਬਈ ਇਹ ਜਿਹੜਾ ਕਾਗਜ਼ ਆ ਬਈ ਸਾਲ 1 ਡੇਢ ਸਾਲ ਕੁਛ ਨਹੀਂ ਹੁੰਦਾ ਜੀ 1.5 2 ਸਾਲ ਕੁਛ ਨਹੀਂ ਹੁੰਦਾ ਜੀ ਮੰਨ ਲਓ ਜਿਵੇਂ ਬਾਹਰ ਪਿਆ ਬਈ ਮੀਂਹ ਆ ਜਾਂਦਾ ਕਈ ਵਾਰ ਮੀਂਹ 'ਚ ਪਿਆ ਰਵੇ ਧੁੱਪ 'ਚ ਪਿਆ ਰਵੇ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਇਹਦਾ ਫਿਰ ਬਈ ਜਿਹੜਾ ਕਾਗਜ਼ ਆ ਮੰਨ ਲਓ ਪੂਰਾ ਬਈ ਸਟਰੋਂਗ ਪੂਰਾ ਹੈਵੀ ਹੈ ਜੀ ਪੂਰਾ ਹੈਵੀ ਆ ਨਾ ਇਹਤੇ ਧੁੱਪ ਦਾ ਸਰਾ ਨਾ ਇਹਤੇ ਮੀਂਹ ਦਾ ਸਰਾ ਠੀਕ ਹੈ ਪਰ ਜੇ ਇਹਦੀ ਆਪਾਂ ਝਲ ਕਰਕੇ ਰੱਖਾਂਗੇ ਤਾਂ 2 ਦਾ 3 ਸਾਲ ਚੱਲ ਜੂਗਾ ਜੀ ਠੀਕ ਹੈ ਬਈ ਠੀਕ ਹੈ ਮੀਂਹ ਧੁੱਪ ਦੇ ਤੇ ਸਰ ਠੀਕ ਹੈ ਬਈ ਦੂਜੀ ਗੱਲ ਇਹ ਹੈ ਜੀ ਇਹਦੇ 'ਚ ਇੱਕ 5-10 ਗ੍ਰਾਮ ਵੀ ਸਾਈਲੇਜ ਖਰਾਬ ਨਹੀਂ ਖਰਾਬ ਨਾ ਹੋਵੇ ਠੀਕ ਹੈ ਟੋਏ ਦੇ ਵਿੱਚ ਆਪਾਂ ਦੇਖਦੇ ਆ ਜੀ ਹਾਂ ਵੀਰ ਆਪਣੇ ਟੋਏ 'ਚ ਪਾਉਂਦੇ ਆ ਜੀ ਫੰਗਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ 40% 'ਚ ਆ ਉਹਦੇ 'ਚ ਸਾਈਲੇਜ ਖਰਾਬ ਹੁੰਦਾ 60% ਹੀ ਸਹੀ ਰਹਿੰਦਾ ਹਾਂਜੀ ਹਾਂਜੀ ਹਾਂ ਕਈ ਵਾਰੀ ਮੰਨ ਲਓ ਜੇ ਖਰਾਬ ਉੱਲੀ ਵਾਲਾ ਪੈ ਗਿਆ ਪਸ਼ੂ ਦਾ ਵੀ ਨੁਕਸਾਨ ਹੋ ਜਾਂਦਾ ਸਭ ਤੋਂ ਬਾਅਦ ਮਾੜੀ ਹੈ ਜੀ ਹਾਂਜੀ ਹਾਂ ਨੁਕਸਾਨ ਹੋ ਜਾਂਦਾ ਇਹਦੇ 'ਚ ਇਹ 'ਚ 10 ਗ੍ਰਾਮ ਵੀ ਖਰਾਬ ਨਹੀਂ ਹੋਣਾ ਜੀ ਜਿੱਦਾਂ ਤੁਸੀਂ ਪੈਕ ਕੀਤਾ ਇਹਦਾ ਮੂੰਹ ਖੋਲੋਗੇ ਉਦਾਂ ਹੀ ਪਿਆ ਠੀਕ ਹੈ ਬਈ ਫਿਰ ਇਹਦਾ ਇਹਨੂੰ ਮਤਲਬ ਕਿ ਸਟੋਰ ਕਰ ਰੱਖਾ ਜੀ ਹਾਂਜੀ ਸਹੀ ਹੈ ਠੀਕ ਹੈ ਜੀ ਗੱਲ ਵੀ ਇਹਨੂੰ ਚੱਕ ਕੇ ਉਦੋਂ ਜਦੋਂ ਪਾਣੀ ਕਰਦੇ ਕਿਹੜੀ ਪ੍ਰੋਬਲਮ ਆਉਂਦੀ ਹੈ ਜੀ ਟੋਏ 'ਚ ਜਦੋਂ ਬਾਰਿਸ਼ ਆ ਜਾਂਦੀ ਟੋਏ ਭਰ ਜਾਂਦੇ ਆ ਜੀ ਜਾਂ ਉਤੋਂ ਧੁੱਪਣਾ ਪਏ ਉੱਤੇ ਲਿਫਾਫਾ ਮਾੜਾ ਹੋਵੇ ਜਾਂ ਮਿੱਟੀਆਂ ਘੱਟ ਪਾਈ ਲੈ ਜਾਂਦੇ ਆ ਜੀ ਉਹਦੇ ਨਾਲ ਮਤਲਬ ਕਿ ਚਾਰ ਖਰਾਬ ਹੁੰਦਾ ਵੇਸਟ ਹੁੰਦਾ ਇਹਦੇ 'ਚ ਵੇਸਟੇਜ 0% ਹੈ ਠੀਕ ਹੈ ਬਈ ਹਾਂਜੀ ਮੰਨ ਲਓ ਬਈ ਆਪਾਂ ਨਾ ਪੈਕਿੰਗ ਦਾ ਕੰਮ ਤਾਂ ਹੈ ਹੀ ਹੈ ਇਹਦੇ ਨਾਲ ਨਾਲ ਜੇ ਕਿਸੇ ਭਰਾ ਨੇ ਆਪਣੇ ਤੋਂ ਪੈਕ ਕੀਤਾ ਹੋਇਆ ਚਾਰ ਲੈਣਾ ਹੋਵੇ ਉਹ ਵੀ ਮਿਲ ਜੂਗਾ ਬਈ ਹਾਂਜੀ ਹਾਂਜੀ ਬਈ ਜੀ ਸਾਡਾ ਦੂਜਾ ਸੀਜ਼ਨ ਹੈ ਇਹ ਠੀਕ ਹੈ ਪਿਛਲੇ ਸਾਲ ਦੇ ਆਪਣੇ ਕੋਲੇ ਮਸ਼ੀਨਾਂ ਇਹ ਪੈਕਿੰਗ ਵਾਲੀ ਵੀ ਉਹ ਕਟਰ ਵੀ ਤੇ ਸਿੰਗਰ ਉਹ ਵੀ ਸ਼ਕਤੀਮਾਨ ਦਾ ਜੀ ਜੇ ਮੰਨ ਲਓ ਬਈ ਕਿਸੇ ਕੋਲੇ ਸਾਧਨ ਨਹੀਂ ਹੁੰਦਾਗਾ ਤੁਸੀਂ ਆਪ ਵੀ ਉੱਥੇ ਮੌਜੂਦ ਕਰ ਦਿਓਗੇ ਪਹੁੰਚਦਾ ਹੀ ਬਿਲਕੁਲ ਜੀ ਬਿਲਕੁਲ ਠੀਕ ਹੈ ਬਈ ਬਿਲਕੁਲ ਪਹੁੰਚ ਕਰਾਂਗੇ ਠੀਕ ਹੈ ਬਈ ਤੇ ਬਾਕੀ ਬਈ ਆਪਾਂ ਨੂੰ ਮਸ਼ੀਨ ਬਾਰੇ ਮਾੜਾ ਜਿਹਾ ਦੱਸਿਓ ਜੀ ਹਾਂਜੀ ਇੱਥੇ ਬਾਈ ਜੀ ਜਦੋਂ ਇਹ ਬੈਗ ਆਪਾਂ ਲਾਤਾ ਉਸ ਤੋਂ ਬਾਅਦ ਉਹ ਲੋਕ ਕੱਢ ਕੇ ਆਪਾਂ ਇਹਨੂੰ ਘਕਾਈ ਜਾਣਾ ਜੀ ਜਦੋਂ ਉਹ ਜਾਵੜਿਆ ਇੱਥੇ ਇੱਥੇ ਬੈਗ ਇੱਕ ਭਰਿਆ ਆ ਜਾਣਾ ਉਹਨੂੰ ਆਪਾਂ ਲਾ ਕੇ ਆ ਬੈਗ ਭਰ ਇੱਥੇ ਰੱਖਤਾ ਇੱਥੇ ਫੇਰ ਇਹਨੂੰ ਆਪਾਂ ਬੈਗ ਖਾਲੀ ਲਾਤਾ ਜੀ ਉਸ ਤੋਂ ਬਾਅਦ ਇੱਥੇ ਲੇਬਰ ਨਾਲ ਜਾਂ ਲੋਡਰ ਨਾਲ ਜਿੱਦਾਂ ਠੀਕ ਲੱਗਦਾ ਹਨਾ ਜੀ ਆਪਾਂ ਨੂੰ ਇਹਦੇ 'ਚ ਕੁਤਰਾ ਮਾਲ ਪਾਈ ਜਾਣਾ ਜੀ ਇਹਦੇ 'ਚ ਮਾਲ ਪਾਈ ਜਾਣਾ ਇਹਨੂੰ ਕਨਵੇਅਰ ਬੋਲਦੇ ਆ ਜੀ ਮੋਟਰ ਤੇ ਚੱਲਦਾ ਇੱਥੋਂ ਇਹਨੇ ਇਹ ਚੈਨ ਨੇ ਸਾਰਾ ਮਾਲ ਚੱਕ ਕੇ ਉੱਪਰ ਲੈ ਜਾਣਾ ਇਹ ਬੈਗ ਲੱਗਿਆ ਹੋਇਆ ਮੰਨ ਕੇ ਚਲੋ ਇੱਥੇ ਆ ਗਿਆ ਜੀ ਇਹ ਇੱਥੋਂ ਦੇ ਰਹੀ ਇਹ ਬੈਗ ਫੁੱਲ ਹੋ ਜਾਣਾ ਜੀ ਇਹ ਬੈਗ ਅਸੀਂ ਇੱਥੋਂ ਤੱਕ ਫੁੱਲ ਭਰ ਦਿੰਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਇਹ ਬੈਗ ਭਰ ਗਿਆ ਇਹਨੂੰ ਅੱਗੇ ਲੈ ਗਏ ਇਸ ਜਗ੍ਹਾ ਤੇ ਜੀ ਇੱਥੇ ਲੋਕ ਫੇਰ ਲੱਗ ਗਿਆ ਜੀ ਇਹਨੂੰ ਜਿਹੜਾ ਭਰਿਆ ਹੋਇਆ ਬੈਗ ਮਤਲਬ ਕਿ ਇਹ ਸਿਸਟਮ ਐਂ ਚੱਲੀ ਹੋਣਾ ਜੀ ਚਾਰਾਂ ਦੀ ਬੈਗ ਲੱਗਣੀ ਆ ਆਪਾਂ ਇੱਕ ਹੀ ਲਾਇਆ ਸਿਰਫ ਵੀ ਦੱਸਣ ਵਾਸਤੇ ਇਸ ਤੋਂ ਬਾਅਦ ਉੱਪਰ ਜੈਕ ਆ ਜੀ ਆ ਇਹਦਾ ਡਿਸਟ੍ਰੀਬਿਊਟਰ ਹੈ ਜੀ ਠੀਕ ਹੈ ਜੀ ਪੰਪ ਲੱਗਿਆ ਡਿਸਟ੍ਰੀਬਿਊਟਰ ਆ ਜੀ ਜੈਕ ਨੇ ਇਹਨੂੰ ਜੈਕ ਆਉਣਾ ਜੀ ਇਹਦੇ ਵਿੱਚ ਦੀ ਉੱਥੋਂ ਤੱਕ ਜਦੋਂ ਭਰਿਆ ਇਹਨੇ ਸਾਰੇ ਇਹਨੂੰ ਪ੍ਰੈਸ ਕਰ ਦੇਣਾ ਜੀ ਇੱਥੇ ਬਿਲਕੁਲ ਹਵਾ ਕੱਢ ਦੇਣੀ ਹੈ ਜੀ ਬਿਲਕੁਲ ਹਵਾ ਕੱਢ ਦੇਣੀ ਹੈ ਜੀ ਜੈਕ ਫਿਰ ਇਧਰੋਂ ਤਾਂ ਚੱਕ ਕੇ ਇੱਧਰ ਆ ਕੇ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਜੀ ਆਹ ਲੋਕ ਖੁੱਲ ਕੇ ਇਹਨੂੰ ਇੱਥੇ ਲਿਆਂਦਾ ਜੀ ਇਵੇਂ ਜਿਵੇਂ ਆਹ ਇੱਕ ਆਪਾਂ ਬੈਗ ਲਾਇਆ ਸੀ ਉਸ ਤੋਂ ਬਾਅਦ ਸਾਰੇ ਚਾਰਾਂ ਦੇ ਬੈਗ ਲੱਗੇ ਉਹ ਸਿਸਟਮ ਸਾਰਾ ਉਦਾਂ ਹੀ ਚੱਲੀ ਜਾਣਾ ਜੀ ਇੱਥੋਂ ਆਪਾਂ ਇਹਨੂੰ ਖੋਲ ਕੇ ਬੈਗ ਲਾ ਲੈਣਾ ਜੀ ਬੈਗ ਲਾ ਕੇ ਰੱਖਤਾ ਕਿਸਾਨ ਵੀਰੋ ਸਾਈਡਾਂ ਤੇ ਮੱਕੀਆਂ ਦੇ ਘੇਰੇ ਵੱਢਣ ਲਈ ਇਹ ਕਟਰ ਆ ਮੰਨ ਲਓ ਹੁਣ ਸੀਜ਼ਨ ਚੱਲਦਾ ਸੀਜ਼ਨ ਦੇ ਵਿੱਚ ਲੇਬਰ ਦੀ ਬਹੁਤ ਸਮੱਸਿਆ ਹੁੰਦੀ ਆ ਤੇ ਇਹ ਕਟਰ ਨਾਲ ਆਪਾਂ ਸਾਈਡਾਂ ਤੋਂ ਘੇਰੇ ਵੱਢ ਸਕਦੇ ਹਾਂ ਬਾਕੀ ਕਰਦੇ ਹਾਂ ਬਾਈ ਨਾਲ ਗੱਲ
ਬਾਈ ਦੱਸਿਓ ਜੀ ਇਹਦੇ ਬਾਰੇ। ਬਾਈ ਇਹ ਮੇਨ ਤਾਂ ਆਪਾਂ ਇਹ ਲਿਆਂਦਾ ਸੀਗਾ ਵੀ ਜਦੋਂ ਮੱਕੀ ਦਾ ਚਾਰ ਬਣਾਉਣੇ ਆਪਾਂ ਸਿੰਗਰ ਹੋਣਾ, ਉਹਦੇ ਨਾਲ ਆਪਾਂ ਨੂੰ ਘੇਰੇ ਵੱਢਣ ਦੀ, ਘੇਰੇ ਦਾ ਮਤਲਬ ਵੀ ਸਾਈਡਾਂ ਤੋਂ ਮੱਥੇ ਵੱਢਣ ਦੀ, ਉਹ ਸਿੰਗਰ ਉਹ ਚਲਾਉਣ ਨੂੰ ਲੇਬਰ ਦੀ ਜ਼ਰੂਰਤ ਪੈਂਦੀ ਸੀ ਵੀ ਇਹਨੂੰ ਮਸ਼ੀਨ ਸਿੰਗਰ ਉਹਨੂੰ ਚਾਲੂ ਕਰਨ ਵਾਸਤੇ। ਹਾਂਜੀ ਹੁਣ ਉਹ ਸਮੱਸਿਆ ਬਾਈ ਜੀ ਖਤਮ ਹੋ ਗਈ, ਲੇਬਰ ਦੀ ਪ੍ਰੋਬਲਮ ਬਹੁਤ ਆਉਂਦੀ। ਹਾਂਜੀ ਹਾਂ ਸੀਜ਼ਨ ਚੱਲੀ ਜਾਂਦੇ ਹੁਣ ਇਹਦੇ ਨਾਲ ਬਾਈ ਜੀ ਸਾਈਡਾਂ ਵੱਢੀਆਂ ਜਾਂਦੀਆਂ, ਮੱਥੇ ਵੱਢੇ ਜਾਂਦੇ ਆ। ਹਾਂਜੀ ਜੇ ਕੋਈ ਜ਼ਿਆਦਾ ਚੌੜਾ ਘੇਰਾ ਹੁੰਦਾ ਤਾਂ ਉਦੋਂ ਉੱਤੋਂ ਦੀ ਵੱਲ ਕੇ ਆਉਣ ਚ ਕਾਫੀ ਟਾਈਮ ਖਰਾਬ ਹੁੰਦਾ ਸਿੰਗਲ ਰੋ ਨੂੰ ਮੱਕੀ ਦਾ ਚਾਰ ਮਤਲਬ ਕਿ ਕੁਤਰੇ ਕਰਨ। ਹਾਂਜੀ ਹਾਂਜੀ ਉਹਦੇ ਨਾਲ ਫਿਰ ਇਹਦੇ ਵਿੱਚ ਇਸ ਇਹਦੇ ਸੈਂਟਰ ਦੇ ਵਿੱਚ ਵਾਹਨ ਦੇ ਵਿੱਚ ਝਰੀ ਵੀ ਮਾਰੀ ਜਾਂਦੀ। ਠੀਕ ਹੈ ਬਾਈ, ਵੀ ਮੇਨ ਇਹਦਾ ਮਕਸਦ ਇਹ ਹੈ ਬਾਈ ਜੀ ਵੀ ਇਹਦੇ ਲੇਬਰ ਦੀ ਸਮੱਸਿਆ ਖਤਮ। ਠੀਕ ਹੈ ਜੀ, ਬਾਕੀ ਮੰਨ ਲਓ ਚਲੋ ਮੱਕੀ ਦੇ ਘੇਰਿਆਂ ਤੇ ਵੀ ਕੰਮ ਆਉਂਦਾ, ਬਈ ਹੋਰ ਵੀ ਤੁਸੀਂ ਇਹ ਤੋਂ ਕੰਮ ਲੈਣਾ। ਹਾਂਜੀ ਹਾਂਜੀ ਜਿਵੇਂ ਹੁਣ ਪਹਿਲਾਂ ਆਪਾਂ ਗੱਲ ਕਰਕੇ ਹਟਿਆ ਜੀ ਵੀ ਲੇਬਰ ਦੀ ਹੁਣ ਬਹੁਤ ਸਮੱਸਿਆ ਆ ਰਹੀ। ਹਾਂਜੀ ਜਿਵੇਂ ਕੋਈ ਹੁਣ ਆਮ ਘਰਾਂ ਚ ਆਪਣੇ ਜਾਂ ਪਹਿਲਾਂ ਚੱਲਦਾ ਹੁੰਦਾ ਸੀ ਜ਼ਿਆਦਾ, ਹੁਣ ਵੀ ਬਹੁਤ ਲੋਕ ਆ ਜਿਹੜੇ ਕਿ ਜਵਾਰ ਆ ਜਾਂ ਜਿਹੜੀ ਡਰੈਲ ਨਾ ਬੀਜੀ ਹੋਵੇ। ਠੀਕ ਹੈ ਬਈ, ਉਹਨੂੰ ਵੱਢ ਕੇ ਸੁਕਾ ਕੇ ਰੱਖਦੇ ਆ, ਸੁਕਾ ਕੇ ਰੱਖਦੇ। ਹਾਂਜੀ ਹਾਂਜੀ ਉਹਨੂੰ ਵੱਢਣ ਨੂੰ ਹੁਣ ਪ੍ਰੋਬਲਮ ਬਾਈ ਜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਲੇਬਰ ਦੀ ਬਹੁਤ ਜ਼ਿਆਦਾ ਹੋਈ। ਹਾਂਜੀ ਹਾਂਜੀ ਇਹ ਉਸ ਵਾਸਤੇ ਬਹੁਤ ਕਾਮਯਾਬ ਹੈ। ਠੀਕ ਹੈ, ਜੇ ਮੰਨ ਲਓ ਬਈ ਆਪਣੇ ਏਰੀਏ 'ਚ ਆਸੇ ਪਾਸੇ ਕਿਸੇ ਨੇ ਜਵਾਰ ਵਢਾਉਣੀ ਹੋਵੇ। ਹਾਂਜੀ ਹਾਂਜੀ ਠੀਕ ਹੈ ਬਈ, ਜਾਂਦੇ ਹਾਂ ਜੀ ਵੱਢ ਕੇ ਆਉਣੇ ਆ, ਕਿਉਂ ਆਪਣੇ ਕੋਲੇ ਪਿਛਲੇ ਸਾਲ ਦੇ। ਠੀਕ ਹੈ ਬਈ, ਪਿਛਲੇ ਸਾਲ ਵੀ ਅਸੀਂ ਮਤਲਬ ਕਿ ਕਾਫੀ ਇਹਦੇ ਨਾਲ ਕੰਮ ਕੀਤਾ ਜੀ। ਠੀਕ ਹੈ ਜੀ, ਸਾਨੂੰ ਰਿਸਪੌਂਸ ਵੀ ਬਹੁਤ ਵਧੀਆ ਮਿਲਿਆ। ਠੀਕ ਹੈ ਬਈ, ਕਿਉਂਕਿ ਲੇਬਰ ਦਾ ਸੀਗਾ ਜ਼ਿਆਦਾ ਆਪਣੇ ਪ੍ਰੋਬਲਮ ਆਉਂਦੀ ਆ। ਹਾਂਜੀ ਹਾਂਜੀ ਉਹਦੀ ਜਮਾਂ ਹੀ ਇਹਦੇ ਨਾਲ ਖਤਮ ਹੈ ਜੀ, ਕਿਉਂਕਿ ਦਿਨਾਂ ਦਾ ਕੰਮ ਹੈ ਘੰਟਿਆਂ 'ਚ ਨਿਬੇੜ। ਹਾਂਜੀ ਹਾਂਜੀ ਨਹੀਂ ਸਹੀ ਹੈ ਜੀ। ਬਾਈ ਇਹਦੇ ਬਾਰੇ ਮਾੜਾ ਸਾਨੂੰ ਦਿਖਾਇਓ ਜੀ, ਚਾਨਣਾ ਪਾਓ ਜੀ ਕਿਵੇਂ ਕੰਮ ਕਰਦਾ ਹੈ ਟਰੈਕਟਰ ਦਾ। ਬਾਈ ਇਹ ਟਰੈਕਟਰ ਦੇ ਫਰੰਟ ਤੇ ਫਿੱਟ ਹੁੰਦਾ। ਠੀਕ ਹੈ ਬਾਈ, ਫਰੰਟ ਤੇ ਫਿੱਟ ਹੁੰਦਾ ਤੇ ਪੀਟੀਓ ਆਪਰੇਟਡ ਆ, ਪੀਟੀਓ ਨਾਲ ਚੱਲਦਾ ਹੈ। ਠੀਕ ਹੈ, ਇਧਰ ਪਿੱਛੇ ਇਹਦੇ ਸਾਈਡ ਤੇ ਆ ਜੀ, ਮਤਲਬ ਕਿ ਪਿੱਛੋਂ ਦੀ ਉਹਨਾਂ ਨੇ ਪਾ ਕੇ ਇਹਦੇ ਪਾਈਪ ਪਾਈ ਹੋਈ ਆ ਗੇਅਰ ਦੀ, ਇਹਦੇ ਇੱਥੇ ਗੇਅਰ ਲੱਗਿਆ ਹੋਇਆ, ਗੇਅਰ ਤੋਂ ਅੱਗੇ ਇਹ ਸਾਰਾ ਮਤਲਬ ਕਿ ਵਰਕ ਕਰਦਾ ਜੀ। ਅੱਗੇ ਅੱਗੇ ਇਹਦੇ ਥੱਲੇ ਬਲੇਡ ਲੱਗਿਆ ਜਿਹੜਾ ਕਿ ਕੁਤਰਾ ਕਰਦਾ। ਠੀਕ ਹੈ ਬਈ, ਵੀ ਆਹ ਅੱਗੇ ਦੇ ਬਲੇਡ ਆ ਜੀ ਨੀਚੇ ਜਿਹੜਾ ਕੁਤਰਾ ਕਰਦਾ, ਆਹ ਜਿਹੜੇ ਬੈਲਟ ਲੱਗੇ ਹੋਏ ਆ ਇਹ ਮਤਲਬ ਕਿ ਜਾਂ ਆਪਾਂ ਜਵਾਰ ਜਾਂ ਮੱਕੀ ਨੂੰ ਇੱਕ ਸਾਈਡ ਤੇ ਇਹਦੀ ਪਾਲ ਬਣਾ ਦਿੰਦੇ ਆ ਜੀ ਕੱਟ ਕੇ। ਓਕੇ, ਇੱਕ ਸਾਈਡ ਤੇ ਜਾਨੀ ਹੁੰਦਾ ਜੀ, ਇੱਕ ਸਾਈਡ ਤੇ ਕੱਢ ਦਿੰਦੇ ਆ ਸਾਰੇ। ਬਹੁਤ ਫਾਇਦਾ ਵੀ ਜਿਵੇਂ ਕਿ ਕਲਾਰਾ ਪੈ ਜਾਂਦੇ, ਕਲਾਰਾ ਨਹੀਂ ਜਿੰਨਾਂ ਥੱਬੀਆਂ ਬਣੀ ਜਾਂਦੀਆਂ ਜੀ, ਵੀ ਸਾਈਡ ਤੇ ਜਿਵੇਂ ਧਾਂਕ ਲੱਗੀ ਜਾਂਦੀ ਇੱਕ ਆਪਾਂ ਕਹਿ ਸਕਦੇ ਆ ਜੀ, ਹਨਾ, ਆਪਾਂ ਵੱਢ ਕੇ ਇੱਕ ਸਾਈਡ ਤੇ ਰੱਖੇ ਨੇ ਉਦਾਂ ਕੱਟ ਕੇ ਇੱਕ ਸਾਈਡ ਤੇ ਕਰੀ ਜਾਂਦਾ, ਉਹਦੇ ਨਾਲ ਆਸਾਨੀ ਹੋ ਜਾਂਦੀ ਆ। ਜਾਂ ਜੇ ਲੇਬਰ ਦਾ ਇੱਕ ਬੰਦਾ ਹੋਵੇ ਜਾਂ ਦੋ ਆਪਣੇ ਆਮ ਘਰਾਂ 'ਚ ਮਤਲਬ ਕਿ ਆਪਣੇ ਸਾਂਝੀਦਾਰ ਰਲੇਵੇ ਹੁੰਦੇ ਆ ਜੀ, ਹਨਾ, ਉਹ ਦੋ ਆਪਣੇ ਘਰ ਦੇ ਬੰਦੇ ਹੀ ਜਾਂ ਆਪਾਂ ਆਮ ਘਰਾਂ ਦੇ ਬੰਦੇ ਉਹ ਚੱਕ ਕੇ ਉਹਨੂੰ ਇਕੱਠਾ ਕਰਕੇ ਤੇ ਰੁੱਗ ਲਾ ਕੇ ਕੰਮ ਨਿਬੜ ਜਾਂਦਾ। ਠੀਕ ਹੈ, ਹਾਂਜੀ ਸਪੈਸ਼ਲ ਟਰੈਕਟਰ ਰੱਖਿਆ ਹੋਇਆ ਜੀ ਇਹਦੇ ਵਾਸਤੇ, ਸਪੈਸ਼ਲ ਟਰੈਕਟਰ ਤੇ ਫਿੱਟ ਆ ਵੀ ਜਿੰਨਾ ਚਿਰ ਇਹ ਸੀਜ਼ਨ ਚੱਲੂਗਾ ਜੀ ਇਹ ਉਹਨਾਂ 'ਚ ਟਰੈਕਟਰ ਇਸ ਤੇ ਹੀ ਫਿੱਟ ਆ ਜੀ। ਆਹ ਮਸ਼ੀਨ ਆ ਮੱਕੀ ਦਾ ਕੁਤਰਾ ਕਰਨ ਵਾਲੀ, ਬਾਈ ਪਾਇਓ ਜੀ ਚਾਨਣ ਦੇ ਬਾਰੇ। ਬਾਈ ਜੀ ਇਹ ਸ਼ਕਤੀਮਾਨ ਕੰਪਨੀ ਦੀ ਸਿੰਗਲ ਰੋ ਆ, ਇਹ ਇੱਕ ਓੜਾ ਹੀ ਲਿਆਂਦੀ ਆ, ਸਹੀ ਕੁਤਰਾ ਅਚਾਰ ਬਾਈ ਜੀ ਇਸੇ ਦਾ ਬਣਦਾ। ਠੀਕ ਹੈ, ਸਹੀ ਚਾਰ ਸਿੰਗਰ ਰੋ ਵਾਲੀ ਦਾ ਬਣਦਾ ਬਾਈ ਜੀ, ਕਿਉਂ ਆਪਾਂ ਇਹ ਪਿਛਲੇ ਸਾਲ ਦੀ ਆਪਾਂ ਲਿਆਂਦੀ ਆ, ਵੈਸੇ ਆਪਾਂ ਨੂੰ ਚਾਰ ਦੇ ਕੰਮ 'ਚ ਪਿਆ ਨੂੰ 2-3 ਸਾਲ ਹੋ ਗਏ ਜੀ। ਵੀ ਪਹਿਲਾਂ ਆਪਾਂ ਲਿਆ ਕੇ ਪਾਉਂਦੇ ਸੀਗੇ ਵੀ ਪਾਸਿਓਂ ਲਿਆ ਕੇ ਪਸ਼ੂਆਂ ਵਾਸਤੇ ਲਿਆਉਂਦੇ ਸੀ, ਫਿਰ ਜਦੋਂ ਸਾਨੂੰ ਉਹ ਵਧੀਆ ਲੱਗਿਆ ਵੀ ਚਾਰ ਦਾ ਕੰਮ ਪੱਠਿਆਂ ਪੁੱਠਿਆਂ ਨਾਲੋਂ ਦੂਜਿਆਂ ਨਾਲੋਂ ਸੌਖਾ, ਫਿਰ ਅਸੀਂ ਆਪਦਾ ਪ੍ਰੋਜੈਕਟ ਹੀ ਲਿਆਂਦਾ ਜੀ ਸਾਰਾ। ਵਜਾਈ ਬਹੁਤ ਜ਼ਿਆਦਾ ਹੈ ਜੀ ਪਿਛਲੇ ਸਾਲ ਨਾਲੋਂ, ਕਿਉਂ ਪਿਛਲੇ ਸਾਲ ਵੀ ਆਪਾਂ ਕੰਮ ਕੀਤਾ ਜੀ ਇਹਦਾ, ਇਹ ਤਿੰਨੇ ਹੀ ਆਪਣੇ ਕੋਲੇ ਪਰਜੇ ਸੀਗੇ ਜੀ, ਕਟਰ ਪੈਕਿੰਗ ਵਾਲੀ ਤੇ ਇਹ ਸਿੰਗਲ ਰੋ ਤੇ, ਪਰ ਨਾਲੋਂ ਬਾਈ ਜੀ ਮੰਨ ਕੇ ਚੱਲੋ ਤੁਸੀਂ ਵੀ ਚਾਰ ਹਿੱਸੇ ਜ਼ਿਆਦਾ ਆ ਵਜਾਈ ਹੈ ਇਸ ਵਾਰ। ਠੀਕ ਹੈ ਜੀ, ਬਾਕੀ ਫਾਇਦਾ ਵੀ ਬਹੁਤ ਹੈ ਪਸ਼ੂਆਂ ਨੂੰ, ਦਾਣੇ ਦਾ ਖਰਚਾ ਹੈ ਨਹੀਂ, ਤੂੜੀ ਦਾ ਨਹੀਂ, ਬਿਲਕੁਲ ਹੀ ਹੈ ਨਹੀਂ ਜੀ, ਫਿਰ ਉਹ ਲੇਬਰ ਜਿਹੜਾ ਆਪਾਂ ਬੰਦਾ ਇੱਕ ਲਾਉਣੇ ਆ ਜੀ ਪੱਠਿਆਂ ਵਾਸਤੇ ਰੱਖਦੇ ਆ, ਉਹਦਾ ਝੰਝਟ ਹੀ ਖਤਮ ਹੈ ਜੀ ਸਾਰਾ। ਜਿਵੇਂ ਕਿਸੇ ਨੇ ਪੈਕਿੰਗ ਕਰਾਉਣੀ ਹੈ ਜਾਂ ਮੰਨ ਲਓ ਬਣਿਆ ਬਣਾਇਆ ਚਾਰ ਦਾ ਲੈਣਾ, ਇਹਦਾ ਰੇਟ ਬਾਰੇ ਸਾਨੂੰ ਦੱਸੋ ਜੀ। ਰੇਟ ਬਾਈ ਜੀ ਇਹਦਾ ਮੌਕੇ ਦਾ ਹੁੰਦਾ। ਠੀਕ ਹੈ ਜੀ, ਹੈ ਨਾ ਜੀ, ਹੁਣ ਦੇਖੋ ਕੀ ਚੱਲ ਰਿਹਾ ਰੇਟ ਕੀ ਨਹੀਂ ਚੱਲ ਰਿਹਾ, ਹਜੇ ਤਾਂ ਗੇਰਾਂ ਪੈਕਿੰਗ ਹੋ ਰਹੀ ਹੈ, ਜਦੋਂ ਇਹ ਸੇਲ ਹੋਣਾ ਜੀ ਅਜੇ 1.5-2 ਮਹੀਨੇ ਬਾਅਦ ਲੱਗਣਾ ਸੇਲ ਹੋਣਾ। ਹਾਂਜੀ, ਬਾਕੀ ਰੇਟ ਬਹੁਤ ਜਾਇਜ਼ ਰੱਖਾਂਗੇ ਜੀ। ਠੀਕ ਹੈ ਜੀ, ਕਿਉਂਕਿ ਸਾਰੇ ਜ਼ਿਮੀਂਦਾਰ ਭਰਾਵਾਂ ਨੇ ਵਰਤਣਾ ਜੀ, ਹੈ ਨਾ, ਬਹੁਤ ਜਾਇਜ਼ ਰੇਟ ਰੱਖਾਂਗੇ ਜੀ, ਜੋ ਰੇਟ ਆਪਾਂ ਦੇਤਾ ਸ਼ਾਇਦ ਕੋਈ ਨਾ ਹੀ ਦੇ ਸਕੇ। ਬਾਕੀ ਬਈ ਜੋ ਭਰਾ ਆਪਣੀ ਵੀਡੀਓ ਵੇਖ ਕੇ ਤੁਹਾਨੂੰ ਇਹਦੇ ਨਾਲ ਗੱਲ ਕਰਦਾ, ਹਾਂਜੀ ਉਹਨੂੰ ਮਾਨਤਾ ਬਾਈ ਜੀ ਫੁੱਲ ਮਾਨਤਾ ਹੋਊਗਾ, ਜੋ ਤੁਹਾਡੇ ਵੀਡੀਓ ਦੇ ਮਾਧਿਅਮ ਰਾਹੀਂ ਸਾਨੂੰ ਫੋਨ ਕਰੂਗਾ, ਸਾਡੇ ਕੋਲ ਆਊਗਾ, ਸਾਡੇ ਤੋਂ ਪੈਕਿੰਗ ਕਰਵਾਊਗਾ ਜਾਂ ਚਾਰ ਲੈ ਕੇ ਜਾਊਗਾ। ਠੀਕ ਹੈ ਬਈ, ਤੁਹਾਡਾ ਪੂਰਾ ਰਿਕਾਰਡ ਕੀਤਾ ਜਾਊਗਾ ਜੀ, ਆਪਣਾ ਉਹ ਰੇਟ ਦੇਣਾ ਬਈ ਜਿਹੜਾ ਪੰਜਾਬ 'ਚ ਨਾ ਨਹੀਂ ਮਿਲਦਾ ਜੀ, ਕੁਆਲਿਟੀ ਵੀ ਉਹ ਦੇਵਾਂਗੇ ਜਿਹੜੀ ਕਿਸੇ ਕੋਲ ਨਹੀਂ ਮਿਲਣੀ ਜੀ, ਕਿਉਂਕਿ ਪਿਛਲੀ ਵਾਰ ਜਿਹੜੇ ਸਾਡੇ ਤੋਂ ਜ਼ਿਮੀਂਦਾਰ ਲੈ ਕੇ ਗਏ ਆ ਜੀ ਚਾਰ, ਪਾਤੜਾਂ ਤੱਕ ਹਰਿਆਣੇ ਤੱਕ ਦਾ ਬੰਦੇ ਸਾਡੇ ਕੋਲ ਚਾਰ ਲੈ ਕੇ ਗਏ ਜੀ, ਅਸੀਂ ਉਹਨਾਂ ਦੇ ਨੰਬਰ ਵੀ ਦੇ ਸਕਦੇ ਜੇ ਕੋਈ ਲੈਣਾ ਚਾਹੇ, ਉਹ
ਠੀਕ ਹੈ ਜੀ।